ਅਸੀਂ ਹਲਕਾ ਤਲਵੰਡੀ ਸਾਬੋ ਦੇ ਜੋ ਨੌਜਵਾਨ ਵੀਰ ਨੇ ਤੇ ਖਾਸ ਕਰਕੇ ਜਿਹੜੇ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ ਅਸੀਂ ਪਿਛੇ ਸਮੇਂ ਦੇ ਵਿੱਚ ਉਹਨਾਂ ਦੇ ਕਲੱਬ ਬਣਾਏ ਸੀ ਪਿੰਡਾਂ ਦੇ ਵਿੱਚ ਤੇ ਲਗਭਗ 70 ਕਲੱਬ ਅਸੀਂ ਸਮੁੱਚੇ ਹਲਕੇ ਵਿੱਚ ਹਰ ਪਿੰਡ 'ਚ ਅਸੀਂ ਇੱਕ ਕਲੱਬ ਬਣਾਇਆ ਜਿਹੜੇ ਸਾਡੇ ਸ਼ਡਿਊਲ ਕਾਸਟ ਭਰਾ ਨੇ ਉਹ ਨੌਜਵਾਨ ਵੀਰ ਉਹਨਾਂ ਨੂੰ ਅਸੀਂ ਅੱਜ ਜਿੱਥੇ ਇੱਕ ਜਿੰਮ ਦਿੱਤੀ ਹੈ ਜਿੰਮ ਦਾ ਸਮਾਨ ਦਿੱਤਾ ਉਹਨਾਂ ਨੂੰ ਨਾਲ ਹੀ ਅਸੀਂ ਉਹਨਾਂ ਨੂੰ ਟੈਂਟ ਦਾ ਸਮਾਨ ਅਤੇ ਇੱਕ ਪਾਣੀ ਦੀ ਟੈਂਕੀ ਦੇਣ ਜਾ ਰਹੇ ਹਾਂ ਉਸ ਤੋਂ ਇਲਾਵਾ ਅੱਜ ਲਗਭਗ 1 ਕਰੋੜ ਤੇ 30 ਲੱਖ ਰੁਪਈਏ ਦੇ ਅਸੀਂ ਵਿਕਾਸ ਦੇ ਕੰਮ ਵੱਖ ਵੱਖ ਪਿੰਡਾਂ ਵਿੱਚ ਜਿਹੜੇ ਕਿ ਕੋਈ ਥੋੜ੍ਹੇ ਕੰਮ ਅਧੂਰੇ ਰਹਿ ਗਏ ਸੀ ਉਹਨਾਂ ਵਾਸਤੇ ਪੈਸਾ ਦਿੱਤਾ ਜਿਹੜੇ ਕੋਈ ਛੋਟੇ ਮੋਟੇ ਕੰਮ ਰਹਿ ਗਏ ਸੀ ਪਿੰਡਾਂ ਦੇ ਵਿੱਚ ਉਹ ਪੰਚਾਇਤ ਤੋਂ ਪਿੰਡ ਵਾਸੀਆਂ ਤੋਂ ਪੁੱਛ ਕੇ ਉਹ ਅਸੀਂ ਅੱਜ ਚੈੱਕ ਪੰਚਾਇਤਾਂ ਨੂੰ ਦਿੱਤੇ ਨੇ ਅਤੇ ਮੈਨੂੰ ਉਮੀਦ ਹੈ ਜਲਦੀ ਹੀ ਸਮੁੱਚੇ ਉਹ ਕੰਮ ਸ਼ੁਰੂ ਹੋ ਕੇ ਮੁਕੰਮਲ ਹੋ ਜਾਣਗੇ ਅਤੇ ਜਿਸ ਤਰੀਕੇ ਨਾਲ ਕਰੋੜਾਂ ਰੁਪਈਆ ਲਾ ਕੇ ਅਸੀਂ ਪਿੰਡਾਂ ਵਿੱਚ ਵਿਕਾਸ ਕੀਤਾ ਉਵੇਂ ਹਰ ਵਰਗ ਦਾ ਬੇਸ਼ੱਕ ਮੇਰੇ ਬਜ਼ੁਰਗ ਨੇ ਮੇਰੀਆਂ ਮਾਤਾਵਾਂ ਨੇ ਜਿਨ੍ਹਾਂ ਨੂੰ ਲਗਭਗ ਅਸੀਂ 8000 ਨਵੀਂ ਪੈਨਸ਼ਨ ਜਿਹੜੀ ਅਸੀਂ 2 ਦਿਨ ਪਹਿਲਾਂ ਵੰਡੀ ਹੈ ਉਸ ਤੋਂ ਇਲਾਵਾ ਆਟਾ ਦਾਲ ਦੇ 3000 ਨਵੇਂ ਕਾਰਡ ਅਸੀਂ ਬਣਾਏ ਹੈ ਅਸੀਂ ਜਨਰਲ ਜਿਹੜੇ ਮੇਰੇ ਨੌਜਵਾਨ ਵੀਰ ਨੇ ਜਿਹੜੇ ਖੇਡਾਂ ਦਾ ਸ਼ੌਕ ਰੱਖਦੇ ਨੇ ਉਹਨਾਂ ਨੂੰ ਅਸੀਂ 70 ਜਿੰਮਾਂ ਜਿਹੜੇ ਸਟੇਸ਼ਨ ਹੁੰਦੇ ਨੇ ਉਹ ਅਸੀਂ ਪਿਛਲੇ 2 ਦਿਨ ਪਹਿਲਾਂ ਅਸੀਂ ਉਹ ਵੰਡੇ ਨੇ ਉਸ ਤੋਂ ਇਲਾਵਾ ਲਗਭਗ 250 ਰੇਹੜੀ ਜਿਹੜੀ ਸਾਨੂੰ ਆਈ ਸੀ ਸਰਕਾਰ ਕੰਨਿਓ ਅਸੀਂ ਉਹ ਅਤਿ ਗਰੀਬ ਪਰਿਵਾਰਾਂ ਨੂੰ ਉਹਨਾਂ ਨੂੰ ਅਸੀਂ ਪਿੱਛੇ ਜੇ ਉਹ ਦਿੱਤੀਆਂ ਨੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਕੰਮ ਜਿਵੇਂ ਜਿਵੇਂ ਕੋਈ ਸਾਡੀ ਨਿਗਾਹ 'ਚ ਆਉਂਦਾ ਉਹ ਅਸੀਂ ਪਹਿਲ ਦੇ ਆਧਾਰ 'ਤੇ ਕਰਾ ਰਹੇ ਹਾਂ ਅਤੇ ਮੇਰਾ ਖਿਆਲ ਹੈ ਇੱਕ ਰਿਕਾਰਡ ਤੋੜ ਵਿਕਾਸ ਦਾ ਕੰਮ ਅਤੇ ਜਿਸ ਤਰੀਕੇ ਨਾਲ ਅਸੀਂ ਸਮਾਨ ਦਿੱਤਾ ਜਿਸ ਤਰੀਕੇ ਨਾਲ ਅਸੀਂ ਨੌਜਵਾਨ ਵੀਰਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਲੋੜ ਸੀ ਜਿਹੜੀ ਉਹਨਾਂ ਦੀ ਜ਼ਰੂਰਤ ਸੀ ਖੇਡਾਂ ਪ੍ਰਤੀ ਬੇਸ਼ੱਕ ਉਹ ਜਿੰਮ ਹੈ ਬੇਸ਼ੱਕ ਉਹ ਫ੍ਰੀ ਵੇਟ ਹੈ ਬੇਸ਼ੱਕ ਉਹ ਸਟੇਡੀਅਮ ਹੈ ਜਿੱਥੇ ਕਿ ਉਹ ਸਵੇਰੇ ਸ਼ਾਮ ਨੂੰ ਗੇਮ ਲਾ ਸਕਦੇ ਨੇ ਜਾਂ ਹੋਰ ਕੋਈ ਉਹਨਾਂ ਨੂੰ ਸਹੂਲਤ ਚਾਹੀਦੀ ਸੀ ਉਹ ਅਸੀਂ ਉਹਨਾਂ ਨੂੰ ਪਿਛਲੇ ਸਮੇਂ ਤੋਂ ਮੁਕੰਮਲ ਤੌਰ 'ਤੇ ਅਸੀਂ ਮੁਹੱਈਆ ਕਰਾਈ ਹੈ ਸੋ ਮਾਹੌਲ ਤੁਸੀਂ ਆਪ ਦੇਖ ਸਕਦੇ ਹੋ ਪਿਛਲੇ 5-6 ਦਿਨਾਂ ਤੋਂ ਜਿੱਥੇ ਕਮਿਊਨਿਟੀ ਸੈਂਟਰ ਤਲਵੰਡੀ ਸਾਬੋ ਸ਼ਹਿਰ ਦੇ ਵਿੱਚ ਰੋਜ਼ ਅਸੀਂ 1 ਨਹੀਂ 2-2 ਪ੍ਰੋਗਰਾਮ ਅਸੀਂ ਇੱਥੇ ਕਰ ਰਹੇ ਹਾਂ ਅਤੇ ਲੋਕਾਂ ਨੇ ਬੜਾ ਸਾਨੂੰ ਸਾਥ ਦੇਣ ਦਾ ਭਰੋਸਾ ਅਤੇ ਉਤਸ਼ਾਹ ਜੋ ਲੋਕਾਂ ਵਿੱਚ ਹੈ ਕਿਉਂਕਿ ਹਰ ਕੋਈ ਅੱਜ ਬਹੁਤ ਸਮਝਦਾਰ ਹੈ ਉਹਨਾਂ ਨੂੰ ਪਤਾ ਹੈ ਕਿ ਆਪਣਾ ਕੌਣ ਹੈ ਪਰਾਇਆ ਕੌਣ ਹੈ ਉਹਨਾਂ ਨੂੰ ਇਹ ਪਤਾ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਦੇ MLA ਨੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਡੀ ਆਪਦੀ ਸਰਕਾਰ ਨੇ ਜੋ ਪਿਛਲੇ 2 ਸਾਲਾਂ ਵਿੱਚ ਕੰਮ ਕੀਤਾ ਮੇਰਾ ਖਿਆਲ ਹੈ ਰਿਕਾਰਡ ਤੋੜ ਕੰਮ ਹੋਇਆ ਬੇਸ਼ੱਕ ਨਹਿਰਾਂ ਦਾ ਕੰਮ ਸੀ ਬੇਸ਼ੱਕ ਪੱਕੇ ਖਾਲਾਂ ਦਾ ਕੰਮ ਸੀ ਬੇਸ਼ੱਕ ਪਿੰਡਾਂ ਦੇ ਗਲੀਆਂ ਨਾਲੀਆਂ ਦਾ ਕੰਮ ਸੀ ਬੇਸ਼ੱਕ ਜਿਹੜੇ ਹੋਰ ਅਸੀਂ ਇੱਥੇ ਵੱਡੇ ਤੌਰ 'ਤੇ ਜਿਵੇਂ ਕਿ ਹੁਣ ਇੱਕ ਜਿੱਥੇ ਰਿਫਾਈਨਰੀ 15,000 ਕਰੋੜ ਦੀ ਸਾਡੇ ਹਲਕੇ ਵਿੱਚ ਲੱਗੀ ਹੈ ਉਵੇਂ ਹੀ ਜਿਹੜਾ ਕਿ ਜਿਹੜਾ ਪਰਾਲੀ ਹੁੰਦਾ ਝੋਨੇ ਦਾ ਉਹ ਸਾਡੇ ਜ਼ਿੰਮੇਦਾਰ ਭਰਾ ਮਜਬੂਰਨ ਉਹਨੂੰ ਫੂਕਦੇ ਸੀ ਅਤੇ ਉਹਨੂੰ ਦੇਖਦੇ ਹੋਏ ਕਿਉਂਕਿ ਪ੍ਰਦੂਸ਼ਣ ਵੀ ਖਰਾਬ ਹੁੰਦਾ ਸੀ ਉਹਨੂੰ ਦੇਖਦੇ ਹੋਏ ਸਾਡੀ ਸਰਕਾਰ ਨੇ ਹਿੰਦੁਸਤਾਨ ਪੈਟਰੋਲੀਅਮ ਦੇ ਨਾਲ ਮਿਲ ਕੇ 45 ਏਕੜ ਜ਼ਮੀਨ ਨਸੀਬਪੁਰਾ ਪਿੰਡ ਜੋ ਮੇਰੇ ਹਲਕੇ 'ਚ ਹੈ ਉੱਥੇ ਦੇ ਕੇ ਐਥਨੋਲ ਦਾ ਇੱਕ ਵੱਡਾ ਪਲਾਂਟ ਉੱਥੇ ਲਗਭਗ 700 ਤੋਂ 1,000 ਕਰੋੜ ਦਾ ਉੱਥੇ ਲੱਗ ਰਿਹਾ ਹੈ ਜਿਹਦੇ ਨਾਲ ਮੈਂ ਸੋਚਦਾ ਸਾਡੇ ਨੌਜਵਾਨ ਵੀਰਾਂ ਨੂੰ ਜਿੱਥੇ ਨੌਕਰੀ ਮਿਲੇਗੀ ਉੱਥੇ ਉਸ ਪੰਚਾਇਤ ਨੂੰ ਵੀ ਜਿਨ੍ਹਾਂ ਨੇ 45 ਏਕੜ ਜ਼ਮੀਨ ਦਿੱਤੀ ਹੈ ਉਹਨੂੰ ਉਹਨਾਂ ਦਾ ਠੇਕਾ ਮਿਲੇਗਾ ਅਤੇ ਹੋਰ ਜਿਹੜੀਆਂ ਸਹੂਲਤਾਂ ਉਸ ਪਿੰਡ ਨੂੰ ਉਸ ਫੈਕਟਰੀ ਲੱਗਣ ਦੇ ਨਾਲ ਮਿਲਣੀਆਂ ਨੇ ਮੇਰੇ ਖਿਆਲ ਉਹਦੇ ਨਾਲ ਉਸ ਪਿੰਡ ਦਾ ਅਤੇ ਆਲੇ ਦੁਆਲੇ ਹਲਕੇ ਦਾ ਨਕਸ਼ਾ ਬਦਲ ਜਾਏਗਾ ਸੋ ਇਸ ਤਰੀਕੇ ਨਾਲ ਬਹੁਤ ਵੱਡੇ ਪ੍ਰੋਜੈਕਟ ਬਹੁਤ ਵੱਡੇ ਕੰਮ ਅਸੀਂ ਪਿਛਲੇ ਸਿਰਫ 2 ਸਾਲਾਂ 'ਚ ਕਰਕੇ ਦਿਖਾਏ ਨੇ ਅਤੇ ਲੋਕ ਭਰੋਸਾ ਦਿੰਦੇ ਨੇ ਸਾਥ ਦੇ ਰਹੇ ਨੇ ਅਤੇ ਉਮੀਦ ਹੈ ਕਿ ਜਿੱਦਣ ਵੋਟਾਂ ਪਈਆਂ ਅਤੇ ਜਿੱਦਣ ਵੋਟਾਂ ਦਾ ਕੰਮ ਹੋਇਆ ਉੱਦਣ ਰਿਜ਼ਲਟ ਆਇਆ ਅਤੇ ਵੱਡੀ ਜਿੱਤ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਬਤੌਰ ਉਹਨਾਂ ਦਾ ਉਮੀਦਵਾਰ ਹੋਣ ਦੇ ਨਾਤੇ ਮੈਨੂੰ ਦੇਖ ਕੇ ਮੁੜ ਦੁਬਾਰਾ MLA ਬਣਾ ਕੇ ਮੇਰੇ ਹਲਕੇ ਦੇ ਉੱਤੇ ਮੈਨੂੰ ਕਾਮਯਾਬ ਕਰਕੇ ਮੁੜ ਦੁਬਾਰਾ ਸੇਵਾ ਬਖਸ਼ਣਗੇ। ਅੱਜ ਮੈਨੂੰ ਇਹ ਵੀ ਦੱਸਦੇ ਖੁਸ਼ੀ ਹੁੰਦੀ ਹੈ ਕਿ ਭਗਵਾਨਪੁਰਾ ਪਿੰਡ ਹੈ ਜੋ ਉੱਥੇ ਸਵੇਰੇ ਮੈਨੂੰ ਬੁਲਾਇਆ ਸੀ ਉੱਥੇ ਲਗਭਗ 60 ਪਰਿਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਚੋਂ ਛੱਡ ਕੇ ਸਾਡੇ ਨਾਲ ਆਏ ਨੇ ਕਿਉਂਕਿ ਉਹਨਾਂ ਨੂੰ ਇਹ ਪਤਾ ਖਾਸ ਕਰਕੇ ਨੌਜਵਾਨ ਵੀਰ ਉਹਦੇ 'ਚ ਬਹੁਤ ਸਨ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਜੇ ਕੋਈ ਸਾਡੀ ਗੱਲ ਸਾਡੀ ਹਮਦਰਦੀ ਵਾਸਤੇ ਗੱਲ ਕਰਦਾ ਸਾਡੀ ਲੋੜ ਪੂਰੀ ਕਰਦਾ ਉਹ ਸਿਰਫ ਅਤੇ ਸਿਰਫ ਸਾਡਾ MLA
ਜਾਂ ਸਾਡੀ ਜਿਹੜੀ ਸਰਕਾਰ ਹੈ ਉਹ ਕਰਦੀ ਹੈ ਇਸ ਨੂੰ ਦੇਖਦੇ ਹੋਏ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਸਮੁੱਚਾ ਮਾਹੌਲ ਆਪਣੇ ਹਲਕੇ 'ਚ ਦੇਖਦੇ ਹੋਏ ਬਹੁਤ ਵੱਡੀ ਗਿਣਤੀ ਵਿੱਚ ਦੋਨੋਂ ਪਾਰਟੀਆਂ ਤੋਂ ਲੋਕ ਛੱਡ ਕੇ ਹਰ ਰੋਜ਼ ਹੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਅਤੇ ਇਹ ਕਾਫਲਾ ਵੱਧਦਾ ਜਾਊਗਾ ਅਤੇ ਇਲੈਕਸ਼ਨਾਂ ਦੇ ਦਿਨ ਤੱਕ ਇੱਕ ਵੱਡਾ ਇਹ ਕਾਫਲਾ ਬਣ ਕੇ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰੂਗਾ ਬਹੁਤ ਬਹੁਤ